ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਅਸਲਾਮੁ ਅਲੈਕੁਮ ਅੱਲਾਹ ਤਾਲਾ ਦੀ ਰਹਿਮਤ ਨਾਲ ਅੱਜ ਦਾ ਵਲੌਗ ਕਰਦੇ ਹਾਂ ਜੀ ਸ਼ੁਰੂ ਅਗਰ ਤੁਸੀਂ ਮੇਰਾ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤੇ ਆਪਣੇ ਸੋਹਣੇ ਸੋਹਣੇ ਤੇ ਪਿਆਰੇ ਪਿਆਰੇ ਹੱਥਾਂ ਨਾਲ ਮੇਰਾ ਚੈਨਲ ਸਬਸਕ੍ਰਾਈਬ ਕਰ ਦਿਓ ਟਾਈਮ ਸਵੇਰ ਦਾ ਹੋ ਗਿਆ ਵਾ ਜੀ ਤਕਰੀਬਨ 11:40 ਮਿੰਟ ਤੇ ਮੈਂ ਤੇ ਅਮੈਸ ਅਸੀਂ ਦੋਵੇਂ ਜਣੇ ਆਪਣੇ ਖੇਤਾਂ ਵਿੱਚ ਆਏ ਹੋਏ ਆ ਅੱਜ ਸਾਨੂੰ ਇੱਕ ਦੋ ਕੰਮ ਵਾ ਆਪਣੇ ਖੇਤਾਂ ਵਿੱਚ ਸਭ ਤੋਂ ਪਹਿਲੇ ਤੇ ਅਸੀਂ ਆਪਣੇ ਘਰ ਵਾਸਤੇ ਜੀ ਗੋਭੀ ਵੱਢਣੀ ਆ ਅੱਜ ਗੋਭੀ ਪਕਾਉਣ ਦਾ ਇਰਾਦਾ ਵਾ ਇਸ ਕਰਕੇ ਆ ਜੀ ਅਸੀਂ ਚਾਕੂ ਛੁਰਾ ਜਾਂ ਚੋਕਲਿਆ ਹੋਇਆ ਵਾ ਇਹ ਜਾਂ ਤਾਂ ਸਾਡੇ ਖੇਤਾਂ 'ਚ ਚੱਲਦਾ ਵਾ ਜਾਂ ਬੰਗਾਲੀ ਮੂਵੀਾਂ 'ਚ ਚੱਲਦੇ ਐ ਤਾਂ ਦੇ ਛੁਰੇ ਤੇ ਅਸੀਂ ਛੁਰਾ ਲੈ ਲਿਆ ਹੋਇਆ ਵਾ ਹੁਣ ਅਸੀਂ ਜਾ ਰਹੇ ਹਾਂ ਸਭ ਤੋਂ ਪਹਿਲੇ ਅਸੀਂ ਵੱਡਣੀ ਆ ਜੀ ਗੋਭੀ ਉਸ ਤੋਂ ਬਾਅਦ ਇੱਕ ਦੋਸਤ ਨੇ ਮੈਨੂੰ ਕਿਹਾ ਹੋਇਆ ਵਾ ਕਿ ਸਾਨੂੰ ਮੈਨੂੰ ਗੰਨੇ ਚਾਹੀਦੇ ਆ ਤੇ ਅਸੀਂ ਗੰਨੇ ਦੇਖਣੇ ਆ ਅਗਰ ਸਾਨੂੰ ਚੁੱਪਣ ਵਾਲੇ ਗੰਨੇ ਲੱਭ ਗਏ ਤੇ ਫਿਰ ਅਸੀਂ ਗੰਨੇ ਵੀ ਵੱਢਾਂਗੇ ਤੇ ਤੀਸਰੇ ਨੰਬਰ ਤੇ ਇੱਕ ਹੋਰ ਕੰਮ ਵਾ ਉਹ ਜਦੋਂ ਅਸੀਂ ਕਰਾਂਗੇ ਉਦੋਂ ਤੁਹਾਨੂੰ ਦਿਖਾਵਾਂਗੇ ਕਿ ਅਸੀਂ ਕਿਹੜਾ ਕੰਮ ਕਰਨ ਲੱਗੇ ਆ। ਛੋਟਾ ਕੰਮ ਇਹ ਵਾ ਵੀ ਤੁਹਾਨੂੰ ਵੀਡੀਓ ਬਣਾ ਕੇ ਦੇਣੀ ਆ। ਆ ਵੀਡੀਓ ਵਾ ਤੁਹਾਡੇ ਵਾਸਤੇ ਬਣਾ ਰਹੇ ਆ ਤੇ ਸਭ ਤੋਂ ਪਹਿਲਾਂ ਚਲਦੇ ਆ ਗੋਭੀ ਵਾਲੇ ਖੇਤ ਵਿੱਚ ਜਾ ਕੇ ਵੜਦੇ ਆ ਜੀ ਆਪਣੇ ਘਰ ਵਾਸਤੇ ਗੋਭੀ ਤੇ ਅੱਜ ਜਾ ਕੇ ਗੋਭੀ ਭਗੋਣੇ ਆ ਤੇ ਸਵੇਰ ਨੂੰ ਖਾਵਾਂਗੇ ਗੋਭੀ ਵਾਲੇ ਪਰਾਠੇ। ਐ ਤਰੂ ਪਹਿਲੇ ਮੈਂ ਦੱਸਿਆ ਹੋਇਆ ਵਾ ਕਿ ਸਾਡਾ ਕਰੇਲੇ ਦਾ ਖੇਤ ਵਾ ਇਹ ਕਰੇਲੇ ਦੇ ਉੱਪਰ ਸ਼ਾਬਰ ਪਾਇਆ ਗਿਆ ਵਾ ਤੇ ਅੱਜ ਮੈਂ ਤੁਹਾਨੂੰ ਦਿਖਾਉਂਗਾ ਕਿ ਸਾਡਾ ਕਰੇਲੇ ਦਾ ਜਿਹੜਾ ਪੌਦਾ ਵਾ ਉਹ ਕਿੱਡਾ ਕਿੱਡਾ ਵੱਡਾ ਹੋ ਗਿਆ ਹੋਇਆ ਵਾ। ਤੇ ਬਾਕੀ ਇੱਧਰਲੀ ਸਾਈਡ ਤੇ ਰੂੜੀ ਛੂੜੀ ਪਈ ਆ ਤੇ ਆਹ ਜਿਹੜਾ ਖੇਤ ਸੀਗਾ ਜੀ ਇਹ ਮੈਂ ਤੁਹਾਨੂੰ ਪਹਿਲੇ ਦੱਸਿਆ ਸੀਗਾ ਕਿ ਇੱਥੇ ਪਤਾ ਨਹੀਂ ਕੀ ਬੀਜ ਹੋਣਾ ਵਾ ਗੋਬੀ ਬੀਜ ਹੋਣੀ ਆ ਜਾਂ ਕਰੇਲਾ ਬੀਜ ਹੋਣਾ ਵਾ ਇੱਥੋਂ ਜੀ ਅਸੀਂ ਗੋਬੀ ਵੱਢ ਕੇ ਖਤਮ ਕੀਤੀ ਆ ਤੇ ਹੁਣ ਫੇਰ ਇਸ ਖੇਤ ਦੇ ਵਿੱਚ ਅਸੀਂ ਗੋਬੀ ਬੀਜ ਦਿੱਤੀ ਹੋਈ ਆ ਜਾਂ ਗੋਬੀ ਦਾ ਬੀਜ ਲਾਇਆ ਗਿਆ ਵਾ ਇਸ ਖੇਤ ਦੇ ਵਿੱਚ ਪਨੀਰੀ ਨਹੀਂ ਲਾਈ ਗਈ ਹੈਗੀ ਪਨੀਰੀ ਉਹ ਅੱਗੇ ਇੱਕ ਖੇਤ ਆ ਉੱਥੇ ਪਨੀਰੀ ਲਾਈ ਆ ਤੇ ਐਸ ਖੇਤ ਦੇ ਵਿੱਚ ਲਾਇਆ ਹੋਇਆ ਵਾ ਜੀ ਗੋਬੀ ਦਾ ਬੀਜ ਤੇ ਫਿਰ ਤੋਂ ਇੱਥੇ ਗੋਭੀ ਹੀ ਬੀਜ ਦਿੱਤੀ ਗਈ ਆ ਆ ਜੀ ਗੋਭੀ ਵਾਲਾ ਖੇਤ ਵਾ ਜਿੱਥੋਂ ਅਸੀਂ ਗੋਭੀ ਵੜਣੀ ਆ ਮਾਸ਼ੱਲਾ ਇਹ ਸਾਰਾ ਖੇਤ ਗੋਭੀ ਦਾ ਤਿਆਰ ਹੋ ਗਿਆ ਹੋਇਆ ਵਾ ਤੇ ਅੱਗੇ-ਅੱਗੇ ਗੋਭੀ ਵੱਡੀ ਜਾ ਰਹੀ ਆ ਤੇ ਲੋਡ ਕਰਾ ਕੇ ਮੰਡੀ ਭੇਜੀ ਜਾ ਰਹੀ ਆ ਆ ਜੀ ਇੱਥੇ ਲੱਗਦੀ ਆ ਗੱਡੀ ਆ ਕੇ ਤੇ ਜਿਹੜੇ ਖਰਾਬ ਗਰੂਪ ਫੁੱਲ-ਫੁੱਲ ਹੁੰਦੇ ਆ ਗੋਭੀ ਦੇ ਉਹ ਅੱਗੇ ਰੱਖੇ ਹੋਏ ਆ ਉਹ ਫੁੱਲ ਖਰਾਬ ਹੋ ਗਏ ਹੋਏ ਆ ਤੇ ਉਹ ਫੇਰ ਬਾਹਰ ਘਟ ਦਿੰਦੇ ਆ ਤੇ ਬਾਕੀ ਜਿਹੜੇ ਗੋਭੀ ਦੇ ਟਾਂਡੇ-ਟੁੰਡੇ ਹੁੰਦੇ ਆ ਨਾਲ ਲੋਂਦੇ ਆ ਉਹ ਵੀ ਇੱਥੇ ਸਿੱਟੇ ਹੋਏ ਆ ਇੱਥੇ ਆ ਕੇ ਗੱਡੀ ਲੱਗਦੀ ਆ ਤੇ ਨਾਲ ਹੀ ਖੇਤ ਵਾ ਇਥੋਂ ਗੱਡੀ ਚ ਲੋਡ ਕਰੀ ਜਾਂਦੇ ਆ ਤਾਂ ਇਥੋਂ ਹੀ ਮੰਡੀ ਭੇਜੀ ਜਾਂਦੇ ਆ ਹੁਣ ਅਸੀਂ ਚੱਲਦੀਆਂ ਜੀ ਆਪਣੀ ਖੇਤ ਵਾਲੇ ਪਾਸੇ ਤੇ ਉੱਥੇ ਜਾ ਕੇ ਦੇਖਦੇ ਆ ਸਾਨੂੰ ਗੋਭੀ ਦੇ ਕਿਹੜੇ ਕਿਹੜੇ ਫੁੱਲ ਪਸੰਦ ਆਉਂਦੇ ਆ ਤੇ ਅਸੀਂ ਕਿਹੜੇ ਕਿਹੜੇ ਫੁੱਲ ਗੋਭੀ ਦੇ ਵੱਢਦੇ ਆ ਸਾਡਾ ਅਮੈਸ ਸਰਚ ਕਰ ਰਿਹਾ ਵਾ ਕਿ ਫੁੱਲ ਕਿੱਥੇ ਕਿੱਥੇ ਲੱਗੇ ਆ ਇਹ ਲੱਬਣੀ ਪੈਣੀਆਂ ਵਿੱਚ ਵਿੱਚ ਗੋਭੀ ਹਜੇ ਪੂਰੀ ਤਰ੍ਹਾਂ ਜਿਹੜਾ ਫੁੱਲ ਖੇਤ ਆ ਨਾ ਗੋਭੀ ਦਾ ਉਹ ਨਹੀਂ ਤਿਆਰ ਹੋਇਆ ਹੈਗਾ ਤੇ ਮੇਰਾ ਖਿਆਲ ਆ ਕੇ ਸਾਡੇ ਬੱਚੇ ਨੂੰ ਫੁੱਲ ਲੱਗ ਗਿਆ ਵਾ ਗੋਭੀ ਦਾ ਇੱਕ ਲੱਭਾ ਵਾ ਕਿ ਦੋ ਲੱਬੇ ਆ ਕਿੱਥੇ ਆ ਛੋਟਾ ਲੱਗਦਾ ਇਹ ਪੱਤਿਆਂ ਦੇ ਵਿੱਚ ਵੁੱਚ ਕਿਤੇ ਫੁੱਲ ਕਿ ਹੁਣੇ ਆ ਜੀ ਗੋਭੀ ਦਾ ਫੁੱਲ ਲੱਗਾ ਮਾਸ਼ਾਅੱਲਾ ਇਹ ਲੱਭ ਕੇ ਸਾਨੂੰ ਵੜਣੀ ਪੈਣੀ ਅੱਜ ਆ ਵੀ ਮਾਸ਼ਾਅੱਲਾ ਬੜਾਈ ਅੱਛਾ ਗੋਭੀ ਬੜੀ ਇਹ ਵਾਈਟ ਹੈ ਮੇਰਾ ਖਿਆਲ मामੂ ਕਹ ਰਹੇ ਸੀਗੇ ਕਿ ਬੀ ਕੋਈ ਹੋਰ ਨਸਲ ਦਾ ਲਾਇਆ ਵਾ ਇਸ ਕਰਕੇ ਗੋਭੀ ਜੜੀ ਹੈ ਨਾ ਚਿੱਟੀ ਹੈ ਚਿੱਟੀ ਅਮਾਸ ਦੇ ਰੰਗ ਵਰਗੀ ਚਿੱਟੀ ਗੋਭੀ ਆ ਇਹ ਤੇ ਆ ਵੀ ਖੇਤ ਵਿੱਚ ਮਾਸ਼ਾਅੱਲਾ ਜੀ ਸਾਰਾ ਸ਼ਾਬਰ ਪਾਇਆ ਹੋਇਆ ਵਾ ਜਿੱਥੇ ਜਿੱਥੇ ਸ਼ਾਬਰ ਨਜ਼ਰ ਆਏਗਾ ਉਥੇ-ਉਥੇ ਕਰੇਲਾ ਬੀਜਿਆ ਹੋਏਗਾ ਕਿਉਂਕਿ ਸਿਰਫ ਕਰੇਲੇ ਦੇ ਜਿਹੜਾ ਹੈਗਾ ਵਾ ਬੀ ਉਹਨਾਂ ਦੇ ਉੱਪਰ ਸ਼ਾਬਰ ਪਾਇਆ ਗਿਆ ਵਾ ਤਾਂ ਕਿ ਉਹ ਸਰਦੀ ਨਾਲ ਕੋਰੇ ਨਾਲ ਠੰਡ ਦੇ ਨਾਲ ਪੌਦਾ ਸਾਡਾ ਖਰਾਬ ਨਾ ਹੋਵੇ ਤੇ ਉਹਨੂੰ ਹੀਟ ਜਿਹੜੀ ਆ ਉਹ ਪ੍ਰੋਪਰ ਮਿਲੇ ਤੇ ਸਾਡਾ ਪੌਦਾ ਅੱਛੇ ਤਰੀਕੇ ਨਾਲ ਤਿਆਰ ਹੋ ਕੇ ਸਬਜ਼ੀ ਦੇਵੇ ਯਾਨੀ ਕਿ ਕਰੇਲਾ ਅੱਛੇ ਤਰੀਕੇ ਨਾਲ ਤਿਆਰ ਹੋਵੇ ਜਦੋਂ ਗੋਭੀ ਅਸੀਂ ਲੋਡ ਕਰਵਾਈਦੀ ਆ ਜਦੋਂ ਗੱਡੀ ਆਉਂਦੀ ਆ ਉਸ ਤੋਂ ਪਹਿਲੇ ਪਤਾ ਕੀ ਕਰੀਦਾ ਵਾ ਜਿੱਥੇ ਜਿੱਥੇ ਫੁੱਲ ਅਸੀਂ ਲੱਭ ਲਈਦੇ ਪਹਿਲੇ ਉਹਦੇ ਆਲੇ ਦੁਆਲੇ ਜਿਹੜੇ ਪੱਤੇ ਲੱਗੇ ਹੁੰਦੇ ਆ ਉਹ ਆ ਛੁਰੇ ਇਹਦੇ ਨਾਲ ਪੱਤੇ ਅਸੀਂ ਲਾਦੀਦੇ ਆ ਤਾਂ ਕਿ ਸਾਨੂੰ ਫੁੱਲ ਲੱਭਣ ਦੇ ਵਿੱਚ ਆਸਾਨੀ ਹੋ ਜAVE ਤੇ ਜਦੋਂ ਗੱਡੀ ਆਵੇ ਅਸੀਂ ਉਹੀ ਫੁੱਲ ਵੱਢੀਏ ਜਿਹੜਾ ਸਾਨੂੰ ਲੱਬਿਆ ਹੋਇਆ ਵਾ ਫਿਰ ਬਾਅਦ ਚ ਸਾਨੂੰ ਫੁੱਲ ਲੱਭਣੇ ਨਾ ਪੈਣ ਉਹ ਪਤਾ ਕੀ ਕਰਦੇ ਆ ਮੈਂ ਤੁਹਾਨੂੰ ਦਿਖਾਉਣਾ ਵਾ ਕਿ ਐਦਾਂ ਕਰਕੇ ਆ ਦੇਖੋ ਇਦਾਂ ਕਰਕੇ ਜੀ ਉਹਨਾਂ ਨੇ ਸਾਰਾ ਫੁੱਲ ਜਿਹੜਾ ਵਾ ਸਾਈਡਾਂ ਤੋਂ ਨੰਗਾ ਕਰ ਦੇਣਾ ਮਾ ਪਤੇ ਪੁੱਤੇ ਇਹਦੇ ਲਾ ਦੇਣੇ ਆ ਫਿਰ ਜਦੋਂ ਉਹਨਾਂ ਨੂੰ ਵੱਢਣੀ ਹੋਏ ਤਾਂ ਫਿਰ ਉਹਦੇ ਵਿੱਚ ਆਸਾਨੀ ਹੁੰਦੀ ਹੈ ਕਿ ਅਸੀਂ ਆਹ ਫੁੱਲ ਜਿਹੜਾ ਵਾ ਉਹ ਗੋਭੀ ਦਾ ਵੱਢ ਲੈਣਾ ਵਾ ਹੁਣ ਅਸੀਂ ਆਪਣੇ ਘਰ ਵਾਸਤੇ ਗੋਭੀ ਵੱਢ ਲੈਣੇ ਆ ਬਿਸਮਿਲਲਾਹਿ ਰਹਿਮਾਨ ਰਹੀਮ ਮਾਸ਼ਾਅੱਲਾ ਜੀ ਕਾਫੀ ਵੱਡੇ ਵੱਡੇ ਫੁੱਲ ਲੱਗੇ ਹੋਏ ਆ ਇਸ ਖੇਤ ਦੇ ਵਿੱਚ ਗੋਭੀ ਦੇ ਬਿਸਮਿਲਲਾ ਬਿਸਮਿਲਲਾ ਆ ਟਾਂਡੇ ਇਸ ਕਰਕੇ ਨਾਲੋਂ ਲਾ ਰਹੇ ਆ ਤਾਂ ਕਿ ਸਾਡਾ ਜਿਹੜਾ ਵਜ਼ਨ ਵਾ ਉਹ ਘਟ ਜਾਵੇ ਤੇ ਸਾਨੂੰ ਲਜਾਣ ਦੇ ਵਿੱਚ ਆਸਾਨੀ ਹੋਵੇ ਆਪਣੇ ਘਰ ਗੋਭੀ ਹੋਲ ਚੈੱਕ ਕਰੋ ਜੀ ਮਾਸ਼ਾਅੱਲਾ ਚਿੱਟਾ ਸਫੇਦ ਫੋਲਾ ਗੋਭੀ ਦਾ ਮਾਸ਼ਾਅੱਲਾ ਮਾਸ਼ਾਅੱਲਾ ਅਲਹਮਦੁਲਿਲਾ ਅਲਹਮਦੁਲਿਲਾ ਜੀ ਆ ਅਸੀਂ ਦੂਸਰਾ ਫੁੱਲ ਵੱਡ ਲਿਆ ਵਾ ਜੱਡੇ ਜੱਡੇ ਵੱਡੇ ਫੁੱਲ ਵਾ ਮੈਨੂੰ ਲੱਗਦਾ ਵਾ ਕਿ ਅਸੀਂ ਦੋ ਹੀ ਲੈ ਜੀ ਤਾਂ ਸਾਡਾ ਸਰ ਜਾਣਾ ਵਾ ਉਦਾਂ ਘਰ ਦੇ ਨੇ ਕਿਹਾ ਹੋਇਆ ਵਾ ਕਿ ਤਿੰਨ ਚਾਰ ਫੁੱਲ ਲੈ ਕੇ ਜਾਣੇ ਆ ਤੇ ਵੱਧ ਸ਼ੈ ਜਿਹੜੀ ਜਾਂ ਸਿਆਣੇ ਕਹਿੰਦੇ ਉਹ ਚੰਗੀ ਹੁੰਦੀ ਆ ਇਸ ਕਰਕੇ ਅਸੀਂ ਤਿੰਨ ਜਾਂ ਚਾਰ ਫੁੱਲ ਘਾਰ ਲੈ ਕੇ ਜਾਵਾਂਗੇ ਤੇ ਕਾਫੀ ਵੱਡੇ ਵੱਡੇ ਫੁੱਲ ਵਾ ਫਿਰ ਜਿੰਨੀ ਕੇ ਪਕੌਣੀ ਹੋਈ ਘਰ ਦੇ ਨੇ ਆਪਣੇ ਹਿਸਾਬ ਨਾਲ ਉੰਨੀ ਕੇ ਪਕਾ ਲੈਣਗੇ ਮਾਸ਼ਾ ਅੱਲਾਹ ਜੀ ਗੋਭੀ ਚੈੱਕ ਕਰੋ ਚਿੱਟੀ ਸਫੇਦ ਗੋਭੀ ਆ ਚਿੱਟੀ ਸਫੇਦ ਉਹਰਾ ਵੀ ਇੱਕ ਵੀ ਇਹਨੂੰ ਜਿਹੜਾ ਵਾ ਉਹ ਦਾਗ ਵਗੈਰਾ ਨਹੀਂ ਲੱਗਾ ਹੋਇਆ ਹੈਗਾ ਤੇ ਉੱਪਰ ਸਵੇਰ ਸਵੇਰ ਦਾ ਟਾਈਮ ਆ ਸ਼ਬਨਮ ਦੇ ਕਤਰੇ ਪਏ ਹੋਇਆ ਹੱਥ ਵੀ ਮੇਰੇ ਠੰਡੇ ਠੰਡੇ ਹੋ ਰਿਹਾ ਜਦੋਂ ਮੈਂ ਨਾ ਗੋਭੀ ਵੱਢਦਾ ਵਾਂ ਬਿਸਮਿਲਲਾ ਅਬ ਹਮ ਲੋਗ ਜਾ ਰਹੇ ਹਾਂ ਜੀ ਆਪਣੇ ਗੰਨੋਕੇ ਖੇਤ ਕੀ ਤਰਫ ਔਰ ਫਿਰ ਸੇ ਹਮਨੇ ਬੰਗਾਲੀਓ ਵਾਲਾ ਛੁਰਾ ਪਕੜ ਲਿਆ ਹੁਣ ਅਸੀਂ ਜਾ ਕੇ ਦੇਖਦੇ ਹਾਂ ਕਿ ਗੰਨੇ ਜਿਹੜੇ ਆ ਉਹ ਚੂਪਣ ਵਾਲੇ ਆ ਜਾਂ ਸਖਤ ਵਾ ਕਮਾਦ ਮੈਨੂੰ ਲੱਗਦਾ ਇਸ ਵਾਰੀ ਲਾਇਆ ਹੋਇਆ ਵਾ ਜਿਹੜਾ ਜਾਨਵਰਾਂ ਨੂੰ ਪਾਈਦਾ ਵਾ ਸਖਤ ਕਮਾਦ ਆ ਉਹ ਚੁੱਪਣ ਵਾਲਾ ਕਮਾਦ ਨਹੀਂ ਹੈਗਾ ਸਾਡੇ ਦੂਸਰੇ ਮਰੇ ਬੇਵੀ ਇਹੀ ਸੀਨਾ ਸਾਰਾ ਉੱਥੇ ਵੀ ਜਾਨਵਰਾਂ ਵਾਲਾ ਕਮਾਦ ਲਾਇਆ ਹੋਇਆ ਵਾ ਤੇ ਚੁੱਪਣ ਵਾਲਾ ਕਮਾਦ ਨਹੀਂ ਲਾਇਆ ਹੋਇਆ ਹੈਗਾ ਤੇ ਹੁਣ ਅਸੀਂ ਜਾ ਕੇ ਦੇਖਦੇ ਆਂ ਅਗਰ ਸਾਨੂੰ ਕੋਈ ਗੰਨੇ ਲੱਭੇ ਚੁੱਪਣ ਵਾਲੇ ਤੇ ਇਨਸ਼ਾਅੱਲਾਹ ਤਾਲਾ ਅਸੀਂ ਕਮਾਦ ਵੀ ਵਡਾਂਗੇ ਤੇ ਜਿਹੜੇ ਦੋਸਤ ਨੇ ਸਾਨੂੰ ਫਰਮਾਇਸ਼ ਕੀਤੀ ਆ ਗੰਨਿਆਂ ਦੀ ਉਹਦੇ ਵਾਸਤੇ ਕੋਈ 10-15 ਗੰਨੇ ਅਸੀਂ ਅੱਜ ਇੱਥੋਂ ਲੈ ਕੇ ਜਾਵਾਂਗੇ ਤੇ ਚਲਈਏ ਹੁਣ ਕਮਾਦ ਵਾਲੀ ਸਾਈਡ ਤੇ ਕਮਾਦ ਜਾ ਕੇ ਦੇਖਦੇ ਆਂ ਕਿੰਨਾ ਕੁ ਲੱਗਾ ਵਾ ਅੱਜ ਸਾਡਾ ਜੀ ਇੱਕ ਦੂਸਰਾ ਕਿੰਨਾ ਕੁ ਜਿਹੜਾ ਲੱਗਾ ਵਾ ਸਾਡਾ ਮਰਬੇ ਦੂਸਰਾ ਕਿਹੜਾ ਲੱਗਾ ਵਾ ਨਹੀਂ ਨਹੀਂ ਤੀਸਾ ਦੂਸਰਾ ਲੱਗਾ ਵਾ ਪਹਿਲੇ ਅਸੀਂ ਆਏ ਆ ਤੇ मामੂ ਨੇ ਆਉਂਦੇ ਹੀ ਕਹਿਤਾ ਜੀ ਦੁੱਧ ਲੈ ਕੇ ਆਉਣਾ ਵਾ ਜਾ ਕੇ ਦੁੱਧ ਲੈ ਕੇ ਆਓ ਲੇਬਰ ਨੂੰ ਚਾਹ ਬਣਾ ਕੇ ਦੇਣੀ ਆ ਤੇ ਅਸੀਂ ਫੇਰ ਮੋਟਰਸਾਈਕਲ ਉੱਦੀ ਕਮਾਈ ਆ ਤੇ ਜਾ ਕੇ ਅਸੀਂ ਦੁੱਧ ਲੈ ਕੇ ਆਏ ਆ ਤੇ ਹੁਣ ਫੇਰ ਦੂਸਰੇ ਕਿਹੜੇ ਆਏ ਆ ਹੁਣ ਅਸੀਂ ਆਪਣਾ ਜਿਹੜਾ ਵਾ ਸਾਰਾ ਕੁਛ ਗੋਬੀ-ਗੋਬੀ ਵੜ ਰਹੇ ਆ ਗੰਨੇ-ਗੰਨੇ ਜਾ ਕੇ ਦੇਖਦੇ ਆ ਕਿੰਨੇ ਕੁ ਲੱਗੇ ਹੋਇਆ ਉਹ ਵੜਦੇ ਆ ਤੇ ਮੇਰਾ ਖਿਆਲ ਆ ਸਾਡਾ ਆਖਰੀ ਕਿਹੜਾ ਵਾ ਅੱਜ ਦਾ ਮਰਬੇ ਦੇ ਵਿੱਚ ਤੇ ਹੋ ਸਕਦਾ ਅਸੀਂ ਕੱਲ ਨੂੰ ਫੇਰ ਇੱਥੇ ਇੱਕ ਵਾਰੀ ਚੱਕਰ ਲ ਕਿਉਂਕਿ ਪਿੱਦੇ ਸਾਡੇ ਨੂੰ ਸਕੂਲਾਂ ਹੋ ਗਈਆਂ ਹੋਈਆਂ ਵਾ ਛੁੱਟੀਆਂ ਤੇ ਮੌਜਾਂ ਲਗੀਆਂ ਦਸੰਬਰ ਦੀਆਂ ਛੁੱਟੀਆਂ ਘਾਰ ਚਿਲ-ਚਿਲ ਹੋ ਰਹੀਆਂ ਨੀਂਦਾ ਪੂਰੇ ਭਾਰ ਨਾਲ ਪੂਰੀਆਂ ਹੋ ਰਹੀਆਂ ਵਾ ਤੇ ਹੁਣ ਅਸੀਂ ਮਰਬੇ ਆਉਂਦੇ ਜਾਂਦੇ ਰਵਾਂਗੇ ਤੇ ਵਲੌਗ ਵੀ ਬੰਦੇ ਰਹਿਣਗੇ ਤੇ ਮੇਲੇ ਲੱਗਦੇ ਰਹਿਣਗੇ ਪਰ ਆਸਾਨੀ ਹੋਣਾ ਅਸਾਂ ਹੋਣਾ ਵਾ ਇਨਸ਼ਾ ਅੱਲਾਹ ਤਾਲਾ ਵਲੌਗ ਅਸੀਂ ਬਣਾਉਣੇ ਆ ਤੇ ਤੁਹਾਨੂੰ ਆਪਣੇ ਡੇਰੇ ਦੀ ਨਵੀਂ-ਨਵੀਂ ਅਪਡੇਟ ਰੋਜ਼ਾਨਾ ਦੀ ਬੁਨਿਆਦ ਤੇ ਦਵਾਂਗੇ ਅਲਹਮਦੁਲਿਲਾ ਆਵਾਜੀ ਸਾਡਾ ਕਮਾਦ ਦਾ ਖੇਤ ਜਿੱਥੇ ਅਸੀਂ ਸਾਰਾ ਕਮਾਦ ਕਮੂਦ ਬੀਜਿਆ ਹੋਇਆ ਵਾ ਇਹ ਮੇਰਾ ਖਿਆਲ ਮੈਂ ਆਪਣੇ ਬਲੌਗ ਦੇ ਵਿੱਚ ਬਹੁਤ ਘੱਟ ਤੁਹਾਨੂੰ ਦਿਖਾਇਆ ਵਾ ਜਿੱਥੇ ਜਿੱਤੇ ਅਸੀਂ ਕਮਾਦ ਲਾਇਆ ਹੋਇਆ ਵਾ ਇਧਰ ਵਾਲੀ ਸਾਈਡ ਤੇ ਵੀ ਕਮਾਦ ਬੀਜਿਆ ਹੋਇਆ ਵਾ ਅਸੀਂ ਤੇ ਪਰਲੀ ਸਾਈਡ ਤੇ ਵੀ ਕਮਾਦ ਬੀਜਿਆ ਹੋਇਆ ਵਾ ਤੇ ਦਰਮਿਆਨ ਤੋਂ ਜਿਹੜੀ ਇਹ ਸੜਕ ਉਹ ਸਾਡੇ ਡੇਰੇ ਨੂੰ ਜਾਂਦੀ ਆ ਫਿਲਹਾਲ ਜੀ ਜਿਹੜੇ ਗੰਨੇ ਆ ਉਹ ਬਹੁਤ ਹੀ ਬਰੀਕ-ਬਰੀਕ ਆ ਆ ਚੈੱਕ ਕਰੋ ਗੰਨੇ ਬਹੁਤ ਹੀ ਬਰੀਕ-ਬਰੀਕ ਆ ਇਹ ਤਾਂ ਚੁੱਪ ਇਹਦੇ ਛਿਲਕੇ ਲਾਏ ਸਾਰੇ ਖਰਾਬ ਹੋ ਜਾਣੇ ਆ ਤੇ ਆ ਵੀ ਸਾਰਾ ਉਹੀ ਸੀਨ ਆ ਕਿ ਗੰਨੇ ਜਿਹੜੇ ਆ ਇਹ ਸਾਰੇ ਬਰੀਕ ਆ ਤੇ ਜਾਨਵਰਾਂ ਨੂੰ ਖਿਲਾਉਣ ਵਾਲੇ ਆ ਕਿਉਂਕਿ ਫੇਰ ਕੁਤਰ-ਕਤਰ ਕੇ ਜਾਨਵਰਾਂ ਨੂੰ ਇਹ ਚਾਰੇ ਵਿੱਚ ਮਿਕਸ ਕਰਕੇ ਪੱਠਿਆਂ 'ਚ ਮਿਕਸ ਕਰਕੇ ਫੇਰ ਖਿਲਾਉਂਦੇ ਆ ਤੇ ਇਧਰਲੀ ਸਾਈਡ ਤੋਂ ਸਾਡੀ ਗੱਲ ਨਹੀਂ ਬਣੀ ਹੈਗੀ ਅਮੈਸ ਭਾਈ ਇਧਰਲੀ ਸਾਈਡ ਤੋਂ ਗੱਲ ਨਹੀਂ ਬਣੀ ਹੈਗੀ ਹੁਣ ਅਸੀਂ ਜਾਣਦੇ ਆ ਉਹ ਪਰਲੀ ਸਾਈਡ ਤੇ ਜਿਹੜਾ ਕਮਾਲ ਲੱਗਾ ਹੋਇਆ ਵਾ ਉੱਥੇ ਜਾ ਕੇ ਦੇਖਦੇ ਆ ਕੀ ਪਤਾ ਸਾਨੂੰ ਉਥੋਂ ਕੁ ਚਾਜਦੇ ਗੰਨੇ ਲੱਭ ਜਾਣ ਪਰ ਮੈਨੂੰ ਲੱਗਦਾ ਨਹੀਂ ਹੈਗਾ ਕਿਉਂਕਿ ਅਸੀਂ ਡੇਰੇ ਤੇ ਕਿਸੇ ਨੂੰ ਗੰਨੇ ਚੂਪਦੇ ਨਹੀਂ ਦੇਖਿਆ ਹੈਗਾ ਅੱਜ ਟਿੱਕਰ ਅੱਜ ਜ਼ਿਕਰ ਕਰਨ ਦੀ ਆਵਾਂਗੇ ਇਸ ਸੀਜ਼ਨ ਦੇ ਵਿੱਚ ਮੈਂ ਕਿਸੇ ਬੰਦੇ ਨੂੰ ਵੀ ਇੱਥੇ ਡੇਰੇ ਦੇ ਗੰਨਾ ਚੂਪਦੇ ਨਹੀਂ ਦੇਖਿਆ ਇਹਦਾ ਮਤਲਬ ਇਹੀ ਆ ਕਿ ਗੰਨਾ ਜਿਹੜਾ ਵਾ ਉਹ ਚੂਪਨ ਵਾਲਾ ਹੈ ਹੀ ਨਹੀਂ ਹੈਗਾ ਸਖਤ ਕਮਾਦ ਬੀਜਿਆ ਹੋਇਆ ਵਾ ਸਾਰਾ ਜਾ ਕੇ ਦੇਖਦੇ ਆਂ ਦੂਰੋਂ ਹੀ ਨਜ਼ਰ ਆ ਰਿਹਾ ਵਾ ਫਿਲਹਾਲ ਲਾਗਿਓ ਜਾ ਕੇ ਦੇਖਦੇ ਆਂ ਕਿ ਇਹਦਾ ਕੀ ਪ੍ਰੋਟੋਕੋਲ ਆ ਪਿਛਲੀ ਵਾਰੀ ਜਿਹੜੇ ਗੰਨੇ ਲੱਗੇ ਸੀ ਬੜੇ ਮੋਟੇ-ਮੋਢੇ ਜਿੰਨੇ ਉਹ ਮੋਟੇ ਸੀਗੇ ਉੰਨੇ ਹੀ ਉਹ ਜਿਹੜੇ ਆ ਉਹ ਜਿਹਨੂੰ ਕਹਿੰਦੇ ਨਰਮ ਤੇ ਪੋਲੇ-ਪੋਲੇ ਸੀਗੇ ਇਧਰਲੀ ਸਾਈਡ ਤੇ ਨਹੀਂ ਵੀ ਬਾਈ ਆ ਵੀ ਸਾਰਾ ਜਿਹੜਾ ਵਾ ਨਾ ਇਹਦੀ ਰੰਗ ਦੱਸਣ ਦਿਆ ਵਾ ਆ ਚੈੱਕ ਕਰੋ ਆ ਆ ਵੀ ਸਾਰਾ ਕਮਾਦ ਜਿਹੜਾ ਵਾ ਇਸ ਸਖਤ ਵਾ ਜਾਨਵਰਾਂ ਨੂੰ ਖਲੋਣ ਵਾਲਈ ਆ ਗੋਭੀ ਵਾਲੀ ਗੱਡੀ ਆ ਗਈ ਐ ਜੀ ਸਾਡੀ ਗੋਭੀ ਵਾਲੀ ਗੱਡੀ ਆ ਜਿਹਦੇ ਵਿੱਚ ਗੋਭੀ-ਗੋਭੀ ਲੋਡ ਕਰਕੇ ਮੰਡੀ ਭੇਜੀਦੀ ਆ ਤੇ ਇਹ ਵੀ ਆ ਗਈ ਹੈ ਮੇਰਾ ਖਿਆਲ ਆ ਕਿ ਅੱਜ ਫਿਰ ਗੋਭੀ ਵੱਡੀ ਜਾਏਗੀ ਤੇ ਉਹ ਮੰਡੀ ਭੇਜੀ ਜਾਏਗੀ ਤੇ ਕਮਾਦ ਸਾਨੂੰ ਗੰਨਾ ਚੁੱਪਣ ਵਾਲਾ ਕੋਈ ਨਹੀਂ ਲੱਭਾ ਹੈਗਾ ਅੱਜ ਜੀ ਪਿੱਛੇ ਮੇਰੇ ਸਾਰਾ ਕਰੇਲੇ ਦਾ ਖੇਤ ਲੱਗਾ ਹੋਇਆ ਵਾ ਤੇ ਕਰੇਲੇ ਦੇ ਉੱਪਰ ਹੀ ਛਾਪਰ ਪਾਇਆ ਹੋਇਆ ਵਾ ਤੇ ਤੁਹਾਨੂੰ ਅੱਜ ਛਾਪਰ ਚੱਕ ਕੇ ਦਿਖੋਣੇ ਆ ਕਿ ਸਾਡਾ ਜਿਹੜਾ ਕਰੇਲੇ ਦਾ ਪੌਦਾ ਵਾ ਉਹ ਕਿੱਡਾ ਕਿ ਵੱਡਾ ਹੋ ਗਿਆ ਵਾ ਤੇ ਇਹਨੂੰ ਮੂਜ਼ੀਦ ਕਿੱਡਾ ਵੱਡਾ ਕਰਕੇ ਫੇ ਦੇ ਉੱਪਰੋਂ ਛਾਪਰ ਲਾਇਆ ਜਾਏਗਾ ਅੱਜ ਦੇਖਦੇ ਆ ਕਿ ਸਾਡਾ ਜਿਹੜਾ ਕਰੇਲਾ ਦਾ ਪੌਦਾ ਵਾ ਉਹ ਕਿੱਡਾ ਕਿ ਵੱਡਾ ਹੋ ਗਿਆ ਵਾ ਅਮਰੂਦ ਫੇਰ ਤੋਂ ਲੱਗਣੇ ਸ਼ੁਰੂ ਹੋ ਗਏ ਆ ਆ ਸਾਡੇ ਸਾਰੇ ਜੀ ਅਮਰੂਦਾਂ ਦੇ ਬੂਟੇ ਆ ਮਾਸ਼ਾਅੱਲਾ ਇਹ ਅਮਰੂਦ ਵੀ ਦੁਬਾਰਾ ਤੋਂ ਲੱਗਣੇ ਸ਼ੁਰੂ ਹੋ ਗਏ ਆ ਲੇਕਿਨ ਹ ਇਹ ਕੱਚੇ ਅਮਰੂਦ ਅੱਛੀ ਤਰ੍ਹਾਂ ਪੱਕੇ ਨਹੀਂ ਹੈਗੇ ਜਦੋਂ ਪਾ ਗਏ ਨਾ ਫਿਰ ਅੰਨੀ ਪਾਦੋ ਪ੍ਰੋਗਰਾਮ ਅੰਨੀ ਪਾਦਣੀ ਵੇਥੇ ਆ ਗਏ ਅਸੀਂ ਫਿਰ ਤਾਂ ਤਕਰੀਬਨ ਹਰ ਰੋਜ਼ ਹੀ ਗੜਾ ਲੱਗਦਾ ਅਮਰੂਦ ਲੈ ਕੇ ਆਓ ਤੇ ਮਜ਼ੇ ਮਜ਼ੇ ਨਾਲ ਲੂਣ ਮਿਰਚ ਲਾ ਕੇ ਤੇ ਚੂਰਨ ਸ਼ੂਰਨ ਲਾ ਕੇ ਖਾਓ ਬੜਾ ਸਵਾਦ ਆਉਂਦਾ ਵਾ ਹੁਣ ਇਹਦਾ ਛਾਪਰ ਜੋ ਗਿਆ ਆਪਾਂ ਦਿਖਾ ਦਈਏ ਕਿ ਸਾਡਾ ਪੌਦਾ ਜਿਹੜਾ ਕਰੇਲੇ ਦਾ ਵਾ ਓ ਕਿੱਡਾ ਕਿੱਡਾ ਹੋ ਗਿਆ ਵਾ ਉਹ ਦੇਖੋ ਜਿੱਦਾਂ ਕਿ ਮੈਂ ਤੁਹਾਨੂੰ ਪਹਿਲੇ ਦੱਸਿਆ ਸੀਗਾ ਕਿ ਉੱਥੇ ਗੱਡੀ ਲੋਡ ਹੁੰਦੀ ਆ ਤੇ ਭਾਈ ਹੁਣਾਂ ਨੇ ਉੱਥੇ ਲਿਆ ਕੇ ਗੱਡੀ ਲਾਤੀ ਆ ਗੋਭੀ ਵਾਲੀ ਤੇ ਨਾਲ ਗੋਭੀ ਦਾ ਖੇਤ ਵਾ ਇੱਥੋਂ ਵੱਡ ਵੱਡ ਕੇ ਇਹਨਾਂ ਨੇ ਲੋਡ ਕਰੀ ਜਾਣੀਆਂ ਤੇ ਇੱਥੋਂ ਹੀ ਫੇ ਮੰਡੀ ਲੈ ਕੇ ਇਹਨਾਂ ਨੇ ਚੱਲ ਜਾਣਾ ਵਾ ਗੋਭੀ ਛਾਪਰ ਦੇ ਉੱਪਰੋਂ ਮਿੱਟੀ ਲਾਈ ਜਾ ਰਹੀ ਆ ਤਾਂ ਕਿ ਛਾਪਰ ਚੁੱਕ ਕੇ ਤੁਹਾਨੂੰ ਦਿਖਾਈਏ ਕਿ ਇਹ ਸਾਡਾ ਕਰੇਲੇ ਦਾ ਪੌਦਾ ਜਿਹੜਾ ਵਾ ਉਹ ਕਿੱਡਾ ਕਿੱਡਾ ਹੋ ਗਿਆ ਵਾ ਆ ਬਸ ਦੋ ਘਢੇਰੀਆਂ ਲਾਦੇ ਛਾਪਰ ਉਹਨਾਂ ਕ ਚੁੱਕਿਆ ਜਾਣਾ ਵਾ ਤੇ ਪੌਦਾ ਵੀ ਵਿਚੋਂ ਨਜ਼ਰ ਆ ਜਾਣਾ ਵਾ ਸਾਰਾ ਛਾਪ ਮਿੱਟੀ ਲੋਨ ਦੀ ਜ਼ਰੂਰਤ ਕੋਈ ਨਹੀਂ ਹੈਗੀ ਅ ਬਸ ਦੋ ਘੇਟੀਆਂ ਲਾਗ ਗਈ ਬismillah ਛਾਪਰ ਦੇ ਉੱਪਰ ਵੀ ਨਾ ਆ ਦੇਖੋ ਥੱਲੇ ਪਾਣੀ ਦੇ ਕਤਰੇ ਡਿੱਗ ਰਹੇ ਆ ਉਹ ਵੀ ਲਾ ਗਿਓ ਵੀ ਲਾ ਥੋੜਾ ਯਾ ਹੋਰ ਬismillah ਬismillah ਮਿੱਟੀ ਆ ਵੀ ਲੋਣੀ ਪੈਣੀ ਸਾਰੀ ਆ ਰਹਿਣ ਦੇ ਇਥੋਂ ਆ ਚੰਗੀ ਤਰ੍ਹਾਂ ਲਾ ਦੇ ਆ ਚੰਗੀ ਤਰ੍ਹਾਂ ਮਿੱਟੀ ਲਾ ਚਲ ਚੁੱਕ ਤਾਂ ਛਾਪਰ ਇਹ ਓ ਇਦਾਂ ਨਹੀਂ ਇਦਾਂ ਨਹੀਂ ਇਦਾਂ ਨਹੀਂ ਇੱਥੋਂ ਫੜ ਛੱਡ ਦੇ ਛਾਪਰ ਛੱਡ ਇੱਥੋਂ ਫੜ ਕੇ ਨਾ ਆ ਦੇ ਇਦਾਂ ਫੇ ਮਿੱਟੀ ਸਾਰੀ ਥੱਲੇ ਆ ਜੂਗੀ ਤੇ ਜਾ ਕੇ ਦੇਖਦੇ ਹਾਂ ਵਿੱਚ ਓ ਲੱਗਾ ਵਾ ਅੱਗੇ ਛੋਟਾ ਜਾ ਐਡਾ ਵੱਡਾ ਨਹੀਂ ਪੌਦਾ ਹੋਇਆ ਹੈਗਾ ਪਰ ਨਹੀਂ ਜਰਾ ਐ ਜੀ ਲੱਗਾ ਪੌਦਾ ਮਾਸ਼ਾਅੱਲਾ ਇਹ ਆ ਵਾਲਾ ਪੌਦਾ ਸਾਡਾ ਜਿਹੜਾ ਵਾ ਇਹ ਕਰੇਲੇ ਦਾ ਪੌਦਾ ਵਾ ਮਾਸ਼ਾਅੱਲਾ ਤੇ ਅੰਦਰ ਮੈਂ ਦੇਖ ਮੂੰਹ ਥੋੜਾ ਜਿਹਾ ਅੰਦਰ ਕੀਤਾ ਛਾਪਰ ਦੇ ਤੇ ਕਾਫੀ ਹੀਟ ਅੰਦਰ ਇਹਦੇ ਤੇ ਮਾਸ਼ਾਅੱਲਾ ਜੀ ਇਦਾਂ ਹੀ ਸਾਰੇ ਅੱਗੇ ਤੱਕ ਪੂਰੀ ਖਾਲੀ ਦੇ ਵਿੱਚ ਸਾਡੇ ਕਰੇਲੇ ਦੇ ਉਹ ਜਿਹੜੇ ਲੱਗੇ ਹੋਏ ਆ ਪੌਦੇ ਮਾਸ਼ਾਅੱਲਾ ਫਿਲਹਾਲ ਜੀ ਇੰਨਾ ਨਾ ਹੋ ਗਿਆ ਵਾ ਤੇ ਜਦੋਂ ਇਹ مزید ਵੱਡਾ ਹੋਊਗਾ ਇਹਨੂੰ ਹੀਟ ਦੀ ਲੋੜ ਨਹੀਂ ਹੋਊਗੀ ਠੰਡ ਵੀ ਘਟ ਜਾਊਗੀ ਫਿਰ ਅਸੀਂ ਸਾਰਾ ਛਾਪਰ ਇਹਦੇ ਉੱਪਰੋਂ ਚੋਕ ਦੇਵਾਂਗੇ ਫਿਰ ਤੋਂ ਉੱਪਰ ਮਿੱਟੀ ਪਾਈ ਜਾ ਰਹੀ ਆ ਤਾਂ ਕਿ ਛਾਪਰ ਜਿਹੜਾ ਵਾ ਹਵਾ ਹਬੂਦ ਨਾਲ ਉੱਡੇ ਨਾ ਤੇ ਸਾਡੇ ਪੌਦਿਆਂ ਨੂੰ ਕਿਸੇ ਵੀ ਕਿਸਮ ਦਾ ਕੋਈ ਵੀ ਨੁਕਸਾਨ ਨਾ ਪਹੁੰਚੇ ਇਸ ਕਰਕੇ ਸਾਨੂੰ ਦੁਬਾਰਾ ਤੋਂ ਉੱਪਰ ਮਿੱਟੀ ਪਾਣੀ ਪੈ ਰਹੀ ਆ ਤੇ ਮਾਸ਼ਾਅੱਲਾ ਜੀ ਐ ਵੀ ਖੇਤ ਵਿੱਚ ਸ਼ਾਬਰ ਆ ਉਹ ਅਗਲੇ ਖੇਤ ਵਿੱਚ ਵੀ ਸ਼ਾਬਰ ਆ ਵਾ ਉਧਰ ਵੀ ਸ਼ਾਬਰ ਵਾ ਅਲਹਮਦੁਲਿਲਾ ਕਰੇਲਾ ਹੀ ਕਰੇਲਾ ਅਲਹਮਦੁਲਿਲਾ ਹੋ ਗਿਆ ਵਾ ਚਾਰੋਂ ਪਾਸੇ ਜਾਂ ਕਰੇਲਾ ਵਾ ਤੇ ਜਾਂ ਗੋਭੀ ਆ ਤੇ ਥੋੜੇ ਜੇ ਬਦੌਂ ਵੀ ਲੱਗੇ ਆ ਤਿੰਨ ਸਬਜ਼ੀਆਂ ਜੜੀਆਂ ਵਾ ਉਹ ਅਸੀਂ ਬੀਜੀਆਂ ਬਸ ਠੀਕ ਆ ਡੰਡਾ 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 ਅਮਰੂਦ ਦੇਖ ਕੇ ਤਾਂ ਬੱਚੇ ਸਾਡੇ ਕੋ ਰਿਆ ਨਹੀਂ ਜਾ ਰਿਹਾ ਹੈਗਾ ਕੱਚਾ ਅਮਰੂਦ ਤੋੜਨ ਦੀ ਕੋਸ਼ਿਸ਼ ਹੋ ਰਹੀ ਆ ਦੇਖ ਤਾਂ ਵੜ ਕੇ ਸਾਫ ਗਾਲੀ ਮੱਕਟਾ ਲੱਗਾ ਵਾ ਚੱਕੀ ਵੜਦੀ ਵੜ ਕੇ ਦੇਖਦਾ ਭਲਾ ਹਾਂ ਖੱਟਾ કે ਮਿੱਠਾ ਮਿੱਠਾ ਖੱਟਾ ਮਿੱਠਾ ਹੀ ਆ ਹੁਣਾ ਨਾ ਇਹਦਾ ਟੇਸਟ ਤੇ ਇਧਰਲੀ ਸਾਈਡ ਤੇ ਵੀ ਮਾਸ਼ਾਅੱਲਾ ਉਹ ਇਹ ਕਿਹੜਾ ਉੱਪਰ ਅਮਰੂਦ ਲੱਗਾ ਨਾ ਮੇਰਾ ਬਾਰ-ਬਾਰ ਉੱਤੇ ਨੀਅਤ ਖਰਾਬ ਹੁੰਦੀ ਹੈ ਕਿ ਮੈਂ ਜਲਦੀ ਇਹਦੀ ਲਾਲ ਲਵਾਵਾਂ ਮੇਰਾ ਖਿਆਲ ਉਹ ਵੀ ਪੱਕਿਆ ਹੋਇਆ ਵਾ ਥਾਕ ਦੇਖਦਾ ਵਾਂ ਬismillahirrahmanirrahim ਓਏ ਹੋਏ 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 ਖੱਟਾ ਜਿਹਨੂੰ ਕਹਿੰਦੇ ਨੇ ਖੱਟ-ਮਿੱਠਾ ਟੇਸਟ ਉਹ ਆ ਰਿਹਾ ਤੇ ਬੜਾ ਹੀ ਸ਼ਸ਼ਕਾ ਜਿਹਾ ਆ ਰਿਹਾ ਮਜ਼ਾ ਆ ਰਿਹਾ ਵਾ ਤੇ ਕੱਚੇ-ਕੱਚੇ ਅਮਰੂਦ ਤਾਂ ਡੇ ਭਰਾ ਨੂੰ ਵੈਸੇ ਵੀ ਬੜੇ ਪਸੰਦ ਵਾ ਜਿਹੜੇ ਅਮਰੂਦ ਪੱਕੇ ਹੁੰਦੇ ਨੇ ਨਾ ਬਿਲਕੁਲ ਉਹ ਮੈਨੂੰ ਅੱਛੇ ਨਹੀਂ ਲੱਗਦੇ ਹੈਗੇ ਮੈਨੂੰ ਸਿਰਫ ਐਦਾਂ ਦੇ ਕੱਚੇ ਕੱਚੇ ਅਮਰੂਦ ਖਾਣ ਦਾ ਬੜਾ ਮਜ਼ਾ ਹੁੰਦਾ ਓਏ ਹੋਏ ਕੀ ਆ ਟੇਸਟ ਆ ਮਾਸ਼ਾਅੱਲਾ ਮਾਸ਼ਾਅੱਲਾ ਮੇਰੇ ਵਾਸਤੇ ਮਿਹਨਤਾਂ ਕਰ ਰਿਹਾ ਤੂੰ ਮੇਰੀ ਨੀਅਤ ਖਰਾਬ ਹੋ ਰਹੀ ਸੀ ਤੇ ਮੈਂ ਸੇ ਚੜ ਗਿਆ ਵਾ ਦਰਖਤ ਦੇ ਉੱਪਰ ਕਹਿੰਦਾ ਭਾਈ ਮੈਂ ਤੇਰੇ ਵਾਸਤੇ ਮੁਰਗੂ ਉਹ ਲਾ ਕੇ ਲਿਆਉਣਾ ਵਾ ਹੁਣ ਡੇਗ ਨਾ ਜਾਈ ਆ ਬਿਆ ਆ ਲੱਗਾ ਕੀ ਬਣਾਵਾ ਚਾਗੂ ਕੀ ਕਰਨਾ ਰੁਕ ਜਾ ਫਿਰ ਧਿਆਨ ਨਾਲ ਯਾਰ ਕਿੱਥੇ ਗਿਆ ਆ ਥੱਲੇ ਆ ਆ ਗਿਆ ਇਹਨੂੰ ਹੁਣ ਧੋ ਕੇ ਖਾਣਾ ਪੈਣਾ ਮਾਸ਼ਾਅੱਲਾ ਇਹਦੀ ਅਮਰੂਦ ਕੱਚਾ ਜਾ ਆ ਖੱਟਾ ਮਿੱਠਾ ਜਾ ਹੋਣਾ ਵਾ ਅੰਦਰੋਂ ਆ ਵੇ ਜੀ ਗੱਡੀ ਜਿਹਦੇ ਵਿੱਚ ਗੋਭੀ-ਗੋਭੀ ਲੋਡ ਕਰਾਈਦੀ ਆ ਤੇ ਗੋਭੀ ਵੜ ਕੇ ਤੇ ਫਿਰ ਆ ਜਿਹੜੀ ਗੱਡੀ ਆ ਇਹਦੇ ਵਿੱਚ ਲੋਡ ਕਰਕੇ ਮੰਡੀ ਲੈ ਕੇ ਜਾਂਦੇ ਆ ਇਹ ਮੇਰੇ ਖਾ ਛੋਟੀ ਜੀ ਗੱਡੀ ਆ ਬਹੁਤੀ ਵੱਡੀ ਨਹੀਂ ਹੈਗੀ ਇਹਨੂੰ ਪਿਕਅਪ ਕਹਿੰਦੇ ਆ ਜੀ ਇਨੂੰ ਕਹਿੰਦੇ ਆ ਜੀ ਪਿਕਅਪ ਤੇ ਅੱਗੇ ਲੋਡ ਰਕਸ਼ਾ ਵੀ ਲੱਗਾ ਵਾ ਮੇਰੇ ਖਿਆਲ ਅੱਜ ਗੋਭੀ ਜਿਹੜੀ ਆ ਉਹ ਬਹੁਤੀ ਵੱਢਣੀ ਆ ਤੇ ਗੱਡੀ 'ਚ ਵੀ ਲੋਡ ਕਰਨੀ ਆ ਤੇ ਰਕਸ਼ੇ ਵਿੱਚ ਵੀ ਲੋਡ ਕਰਨੀ ਆ ਤੇ ਬਾਕੀ ਇਧਰ ਵਾਲੀ ਸਾਈਡ ਤੇ ਗੋਭੀ ਦਾ ਖੇਤ ਲੱਗਾ ਵਾ ਇੰਨੀ ਕੁ ਵੱਢ ਲਈ ਹੋਈ ਆ ਤੇ ਹੁਣ ਮੇਰੇ ਖਿਆਲ ਪਰਿਓ ਵੱਢਣਗੇ ਤੇ ਉਹ ਗੱਡੀ ਦੇ ਵਿੱਚ ਲੋਡ ਕਰਨਗੇ ਹੁਣ ਅਸੀਂ ਕਰ ਲੈਨੇ ਆ ਜੀ ਆਪਣਾ ਆਖਰੀ ਕੰਮ ਜਿਹੜਾ ਅਸੀਂ ਤੁਹਾਨੂੰ ਨਹੀਂ ਸੀ ਦਰਵਾਜ਼ਾ ਖੁੱਲਾ ਰਾਂਦੇ ਅੰਦਰ ਹੈਗਾ ਥੋੜਾ ਜਿਹਾ ਹਨੇਰਾ ਆਖਰੀ ਕੰਮ ਸਾਡਾ ਇਹ ਆ ਕਿ ਆ ਪਿਆ ਬਾਜੀ ਸਾਡਾ ਬੋਰਾ ਇਹਦੇ ਵਿੱਚ ਹੈਗੇ ਕਣਕ ਦੇ ਦਾਣੇ ਇਹ ਅਸੀਂ ਪਹਿਲੇ ਮੁਰੱਬੇ ਲੈ ਗਏ ਆ ਸੀਗੇ ਇਰਾਦਾ ਸੀਗਾ ਕਿ ਕਣਕ ਬੀਜਣੀ ਆ ਮੁੜ ਕੇ ਇਰਾਦਾ ਚੇਂਜ ਹੋ ਗਿਆ ਕਿ ਕਣਕ ਨਹੀਂ ਬੀਜਣੀ ਹੈਗੀ ਸਬਜ਼ੀ ਹੀ ਬੀਜਣੀ ਆ ਤੇ ਹੁਣ ਅਸੀਂ ਆ ਬੋਰਾ ਇੱਥੋਂ ਚੁੱਕਣਾ ਵਾ ਤੇ ਇਹਨੂੰ ਚੱਕੀ ਤੇ ਦੇਣਾ ਵਾ ਪਸੋਂਣ ਵਾਸਤੇ ਤੇ ਘਰ ਰੋਟੀਆਂ ਪਕਾਉਣ ਫਿਲਹਾਲ ਹੁਣ ਇਹਨੂੰ ਚੱਕ ਲੈਨੇ ਆ ਤੇ ਜਾ ਕੇ ਇਹਨੂੰ ਛੱਡ ਦਿਆਂ ਚੱਕੀ ਦੇ ਉੱਪਰ ਤੇ ਆਪਣਾ ਤੀਸਰਾ ਕੰਮ ਵੀ ਖਤਮ ਕਰਦੇ ਆ ਬੋਰੇ ਨੂੰ ਜਿਹੜੀ ਰੱਸੀ ਬੰਨੀ ਹੋਈ ਆ ਉਹ ਮੈਨੂੰ ਡਰ ਸੀ ਕਿ ਰਾਤ ਵਿੱਚ ਖੋਲਣਾ ਜਾਵੇ ਇਸ ਕਰਕੇ ਉਹਨੂੰ ਅਸੀਂ ਖੋਲ ਕੇ ਤੇ ਦੁਬਾਰਾ ਬੰਨਾਂਗੇ ਢਿੱਲੀ ਢਿੱਲੀ ਜੀ ਹੋਈ ਹੋਈ ਸੀਗੀ ਤੇ ਮੈਂ ਕਿਹਾ ਕਿ ਤੇ ਇਹ ਨਹੀਂ ਹੋਵੇ ਰਾਤ ਸਾਰੇ ਖਿੱਲਰ ਦੇ ਜਾਣ ਤੇ ਘਰੋਂ ਗਾਲਾਂ ਦਾ ਪ੍ਰੋਗਰਾਮ ਬਣ ਜਾਵੇ ਇਸ ਕਰਕੇ ਇਹਦਾ ਇਲਾਜ ਹੁਣੀ ਕਰ ਲੈਨੇ ਆ ਤੇ ਇਹਨੂੰ ਹੁਣੀ ਕੱਸ ਗੁੱਸਕੇ ਜਿਹੜਾ ਵਾ ਉਹ ਬੰਨ ਲੈਨੇ ਆ ਬismillahirrahmanirrahim ਡਨ ਹੋ ਗਿਆ ਉਮੀਦ ਕਰਦੇ ਆ ਕਿ ਅੱਜ ਦਾ ਵਲੋਗ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਮਿਲਦੇ ਆ ਨਵੇਂ ਵਲੋਗ ਨਾਲ ਨਵੀਆਂ ਵੀਡੀਓ ਨਾਲ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰ ਦਿਆ ਕਰੋ ਤੇ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਤੇ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਆ ਕਰੋ ਤਾਂ ਕਿ ਅਸੀਂ ਤੁਹਾਡੇ ਵਾਸਤੇ ਨਵੀਆਂ-ਨਵੀਆਂ ਤੇ ਅੱਛੀਆਂ-ਅੱਛੀਆਂ ਵੀਡੀਓ ਬਣਾਉਂਦੇ ਰਹੀਏ ਆਪਣਾ ਬਹੁਤ ਸਾਰਾ ਖਿਆਲ ਰੱਖਿਓ ਦਵਾਵਾਂ 'ਚ ਯਾਦ ਰੱਖਿਓ ਅੱਲਾਹ ਹਾਫੀ